ਆਲਰੇਡੀ ਸਰਕਾਰ ਕੋਲ ਜਾ ਚੁੱਕਿਆ ਜੀ, ਇੱਕ ਵਾਰੀ ਨਹੀਂ ਬਹੁਤ ਵਾਰੀ ਜਾ ਚੁੱਕਿਆ, ਬਹੁਤ ਅਲੱਗ ਅਲੱਗ ਅੰਦੋਲਨਾਂ ਦੇ ਦੌਰਾਨ ਜਾ ਚੁੱਕਿਆ। ਸਰਕਾਰ ਨੇ ਸਾਰੀਆਂ ਦੀਆਂ ਸਾਰੀਆਂ ਮੰਗਾਂ ਨੂੰ ਮੰਨਿਆ ਹੋਇਆ ਜੀ, ਕਮਿਟਮੈਂਟ ਹੋਈ ਹੋਈ ਹੈ ਲੋਕਾਂ ਦੇ ਨਾਲ, ਔਰ ਉਸ ਕਮਿਟਮੈਂਟ ਨੂੰ ਲਾਗੂ ਕਰਨ ਦੀ ਗੱਲ ਹੈ, ਇੰਨੀ ਗੱਲ ਹੈ ਜੀ। ਉਹਨਾਂ ਦੇ ਵਿੱਚੋਂ ਭਾਵੇਂ ਇਹ ਹੋਵੇ ਕਿ ਜਦੋਂ ਅਸੀਂ ਦਿੱਲੀ ਦਾ ਅੰਦੋਲਨ ਕਰਕੇ ਆਏ ਹਾਂ, MSP ਦੀ ਗਰੰਟੀ ਦਾ ਕਾਨੂੰਨ ਦੀ ਗੱਲ ਹੋਵੇ ਭਾਵੇਂ, ਉਹ ਵੀ ਕਮਿਟਮੈਂਟ ਹੈ। ਲਖੀਮਪੁਰ ਵਾਲੇ ਲੋਕਾਂ ਨੂੰ ਜਿਹੜੇ ਉੱਥੇ ਘਾਇਲ ਕੀਤੇ ਜਾਂ ਸ਼ਹੀਦ ਹੋਏ ਉਹਨਾਂ ਨੂੰ ਇਨਸਾਫ ਦੇਣ ਦੀ ਗੱਲ, ਅੰਦੋਲਨ ਦੇ ਦੌਰਾਨ ਲੋਕਾਂ ਦੇ ਉੱਪਰ ਹੋਏ ਮੁਕੱਦਮਿਆਂ ਦੀ ਗੱਲ, ਔਰ ਉਸ ਤੋਂ ਵੀ ਗਾਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਕੰਪਨਸੇਟ ਕਰਨ ਦੀ ਗੱਲ। ਫਿਰ ਕਿਹਾ ਸੀਗਾ ਕਿ ਬਿਜਲੀ ਸੋਧ ਬਿੱਲ ਨਹੀਂ ਲੈ ਕੇ ਆਵਾਂਗੇ। ਸਰਕਾਰ ਨੇ ਕਿਹਾ ਸੀਗਾ ਕਿ ਅਸੀਂ ਜਿਹੜਾ ਪੋਲੂਸ਼ਨ ਐਕਟ ਆ ਉਹਦੇ ਵਿੱਚੋਂ ਐਗਰੀਕਲਚਰ ਨੂੰ ਬਾਹਰ ਕੱਢਾਂਗੇ। ਇਸ ਤੋਂ ਵੀ ਗਾਹਾਂ ਕਿ ਉਦੋਂ ਪਹਿਲਾਂ ਆਪਣੇ ਨਾਲ ਕਮਿਟਮੈਂਟ ਕੀਤੀ ਹੈ ਸਨ 2018 'ਚ ਇਸ ਮੋਦੀ ਸਰਕਾਰ ਨੇ, ਔਰ ਉਹਦੇ ਲੈਟਰ ਸਾਡੇ ਕੋਲ ਪਿਆ ਹੈ ਕਿ ਅਸੀਂ ਡਾਕਟਰ ਸਵਾਮੀਨਾਥਨ ਦਾ ਫਾਰਮੂਲਾ C2+50 ਨਾਲ ਕਿਸਾਨਾਂ ਨੂੰ ਫਸਲਾਂ ਦਾ ਭਾਅ ਦੇਵਾਂਗੇ। ਫਿਰ ਉਸ ਤੋਂ ਅੱਗੇ ਇਹ ਵੀ ਕਮਿਟਮੈਂਟ ਕੀਤੀ ਸਰਕਾਰ ਨੇ ਕਿ ਕਿਸਾਨਾਂ ਨੂੰ ਕਰਜ਼ ਮੁਕਤ ਕਰਾਂਗੇ। ਇਹ ਵੀ ਕਮਿਟਮੈਂਟ ਆ ਸਰਕਾਰ ਦੀ ਲੋਕਾਂ ਦੇ ਨਾਲ, ਵੱਖ ਵੱਖ ਜਲਸਿਆਂ 'ਚ ਬੋਲੇ, ਇੱਥੋਂ ਤੱਕ ਕਿ ਸਰਕਾਰ ਹੁੰਦਿਆਂ ਇਹ ਫੱਟੀਆਂ ਫੜ ਕੇ ਵਿਰੋਧ ਕਰਦੇ ਰਹੇ ਕਿ WTO 'ਚੋਂ ਭਾਰਤ ਬਾਹਰ ਆਵੇ। ਹੁਣ ਅਗਰ ਉਹ ਇਹੋ ਜਿਹੇ ਸਮਝੌਤੇ, ਖਤਰਨਾਕ ਸਮਝੌਤੇ ਜਿਹਦੇ ਨਾਲ ਅੱਜ ਦੇਸ਼ ਹੈ, ਕਿਸਾਨ ਪੂਰਾ ਦਾ ਪੂਰਾ ਦੇਸ਼ ਪੀੜਿਤ ਹੈ, ਕਿਸਾਨ ਪੀੜਿਤ ਹੈ, ਮਜ਼ਦੂਰ ਪੀੜਿਤ ਹੈ, ਛੋਟਾ ਵਪਾਰੀ ਪੀੜਿਤ ਹੈ, ਔਰ ਉਸ ਸਮਝੌਤੇ 'ਚੋਂ ਦੇਸ਼ ਨੂੰ ਬਾਹਰ ਲੈ ਕੇ ਆਉਣਾ ਅੱਜ ਸਮੇਂ ਦੀ ਲੋੜ ਹੈ। ਔਰ ਉਹ ਸਰਕਾਰ ਮੰਨੀ ਹੋਈ ਹੈ ਕਿ ਅਸੀਂ ਮਤਲਬ ਲੈ ਕੇ, ਜਿਹੜੀ ਸਰਕਾਰ ਚੋਣ ਮੈਨੀਫੈਸਟੋ 'ਚ ਕਹਿ ਰਹੀ ਹੈ ਕਿ ਅਸੀਂ ਲੈ ਕੇ ਆਵਾਂਗੇ, ਸਰਕਾਰ ਦੀ ਜੋ ਰਿਸਪੋਂਸੀਬਿਲਟੀ ਬਣਦੀ ਹੈ। ਤੋ ਇਹ ਸਾਰੀਆਂ ਮੰਗਾਂ ਨੇ ਜਿਨ੍ਹਾਂ ਦੇ ਉੱਤੇ ਅਸੀਂ ਚਰਚਾ ਕਰਾਂਗੇ। ਬਟ ਇਸ ਤੋਂ ਪਹਿਲਾਂ ਵੀ ਇੱਕ ਮੀਟਿੰਗ ਜਿਹੜੀ ਹੈ ਤੁਹਾਡੀ ਹੋ ਚੁੱਕੀ ਹੈ, ਉਹਦੇ ਵਿੱਚ ਕੀ ਕੁਝ ਗੱਲਾਂ ਜਿਹੜੀਆਂ ਨੇ ਸਾਹਮਣੇ ਨਿਕਲ ਕੇ ਆਈਆਂ ਕਿ ਉਸ ਤੋਂ ਬਾਅਦ ਤੁਸੀਂ ਫੈਸਲਾ ਲਿਆ ਕਿ 13 ਫਰਵਰੀ ਨੂੰ ਤੁਸੀਂ ਫਿਰ ਇੱਕ ਵਾਰੀ ਦਿੱਲੀ ਕੂਚ ਕਰੋਗੇ? ਦੇਖੋ, ਗੱਲ ਇਹ ਹੈ, ਜਿਹੜੇ ਮੁੱਦੇ ਨੇ ਸਰਕਾਰ ਦਾ ਇਹ ਕਹਿਣਾ ਹੈ ਕਿ ਪਹਿਲੀ ਤਾਂ ਗੱਲ ਇਹ ਹੈ ਕਿ ਵੀ ਜਿਹੜੇ ਅੰਦੋਲਨ ਦੇ ਦੌਰਾਨ ਖੜੀਆਂ ਹੋਈਆਂ ਮਸਲੇ ਸਮੱਸਿਆਵਾਂ, ਕਿ ਕਿਸਾਨਾਂ ਦੇ ਲਖੀਮਪੁਰ ਵਾਲੇ ਜਿਹੜੇ ਸਾਡੇ ਕਿਸਾਨ ਸ਼ਹੀਦ ਹੋਏ ਉਹਨਾਂ ਨੂੰ ਇਨਸਾਫ ਦੇਣਾ, ਉਹ ਤਾਂ ਅੰਦੋਲਨ 'ਚੋਂ ਪੈਦਾ ਹੋਈ ਮੰਗ ਹੈ। ਕੇਸਾਂ ਦੇ ਕੇਸ ਵਾਪਸ ਲੈਣਾ ਕਿਸਾਨਾਂ ਦੇ, ਉਹ ਵੀ ਅੰਦੋਲਨ 'ਚੋਂ ਪੈਦਾ ਹੋਈ ਮੰਗ ਹੈ। ਔਰ ਦੂਸਰੀਆਂ ਜਿਹੜੀਆਂ ਸੀ, ਬਿਜਲੀ ਸੋਧ ਬਿੱਲ ਦੇ ਨੂੰ ਮਤਲਬ ਖਤਮ ਕਰਨਾ ਔਰ ਐਗਰੀਕਲਚਰ ਨੂੰ ਪੋਲੂਸ਼ਨ ਐਕਟ 'ਚੋਂ ਬਾਹਰ ਰੱਖਣਾ, ਮੰਨੀਆਂ ਹੋਈਆਂ ਮੰਗਾਂ ਨੇ ਪਹਿਲਾਂ ਹੀ। ਔਰ ਇਹਨਾਂ ਦੇ ਉੱਤੇ ਡਿੱਕਾ ਕੀ ਹੈ? ਔਰ ਜਿਹੜੀ ਅਸੀਂ ਮਤਲਬ ਜਿੱਥੇ ਡਿੱਕਾ ਹੈ ਉਹ ਇਹ ਕਹਿੰਦੇ ਨੇ ਕਿ ਅਸੀਂ MSP ਦੀ ਗਰੰਟੀ ਦਾ ਕਾਨੂੰਨ ਦੇਣ ਦੀ ਗੱਲ ਜਦੋਂ ਕਰਦੇ ਹਾਂ ਉਦੋਂ ਪੋਲਿਸੀ ਮੈਟਰ ਦੀ ਗੱਲ ਆ ਜਾਂਦੀ ਹੈ, ਕਿਸਾਨਾਂ ਦੀ ਕਰਜ਼ ਮਾਫ਼ੀ ਦੀ ਗੱਲ ਆਉਂਦੀ ਹੈ ਤਾਂ ਉਦੋਂ ਪੋਲਿਸੀ ਮੈਟਰ ਦੀ ਗੱਲ ਆ ਜਾਂਦੀ ਹੈ, ਜਦੋਂ ਅਸੀਂ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਦੀ ਗੱਲ ਕਰਦੇ ਫਿਰ ਪੋਲਿਸੀ ਮੈਟਰ ਦੀ ਇਹ ਗੱਲ ਆ ਜਾਂਦੀ ਹੈ, ਜਦੋਂ ਅਸੀਂ WTO 'ਚੋਂ ਭਾਰਤ ਨੂੰ ਬਾਹਰ ਲਿਆਉਣ ਦੀ ਗੱਲ ਕਰਦੇ ਫਿਰ ਪੋਲਿਸੀ ਮੈਟਰ ਦੀ ਗੱਲ ਆ ਜਾਂਦੀ ਹੈ, ਜਦੋਂ ਅਸੀਂ ਭੂਮੀ ਅਧਿਗ੍ਰਹਿਣ ਬਿੱਲ ਦੀ ਗੱਲ ਕਰਦੇ ਹਾਂ ਜਿਹੜਾ ਨਵੇਂ ਤਰੀਕੇ ਦੇ ਨਾਲ ਲੋਕਾਂ ਦੇ ਕਾਨੂੰਨ ਬਣਾ ਕੇ ਮਾਡਲ ਐਕਟ ਬਣਾ ਕੇ ਲਾਗੂ ਕਰ ਰੱਖਿਆ, ਫਿਰ ਕਹਿੰਦੇ ਪੋਲਿਸੀ ਮੈਟਰ ਦੀ ਗੱਲ ਹੈ। ਹੁਣ ਸਵਾਲ ਹੈ ਕਿ ਇੰਨੇ ਚਿਰ ਹੋ ਗਿਆ ਤੁਸੀਂ ਪੋਲਿਸੀਆਂ ਬਣਾਉਣ 'ਚ, ਅਗਰ ਨਹੀਂ ਬਣਾਈਆਂ ਤਾਂ ਨਕਾਮੀ ਸਰਕਾਰ ਦੀ ਹੈ, ਲੋਕਾਂ ਦੀ ਨਹੀਂ। ਅੱਜ ਸਰਕਾਰ ਦਾ ਲਾਸਟ ਟਾਈਮ ਹੈ, ਅੱਜ ਸਾਡੀ ਲੋੜ ਆ ਸਮੇਂ ਦੀ ਕਿ ਸਾਨੂੰ ਕੱਲ੍ਹ ਨੂੰ ਅਸੀਂ ਅੰਦੋਲਨ ਫਿਰ ਕਰੀਏ ਤਾਂ ਦੂਸਰੀ ਤੇਰੇ ਕਹੂਗੀ ਉੱਠ ਕੇ ਕਿ ਦੇਖੋ ਸਾਡੇ ਨਾਲ ਤੁਹਾਡੀ ਕਮਿਟਮੈਂਟ ਹੀ ਕੋਈ ਨਹੀਂ, ਜਿਨ੍ਹਾਂ ਨੇ ਤੁਹਾਡੇ ਨਾਲ ਕਮਿਟਮੈਂਟ ਕੀਤੀ ਉਹਨਾਂ ਨਾਲ ਗੱਲ ਕਰਦੇ। ਸੋ ਉਹ ਅਸੀਂ ਗੱਲਬਾਤ ਇਹਨਾਂ ਨਾਲ ਕਰ ਰਹੇ ਹਾਂ। ਸਰਕਾਰ ਨੇ ਪਿਛਲੀ ਮੀਟਿੰਗ ਸਾਨੂੰ ਇਹ ਕਿਹਾ ਕਿ ਜਿਹੜੇ ਅਸੀਂ ਫੈਕਟ ਰੱਖੇ ਸਰਕਾਰ ਦੇ ਸਾਹਮਣੇ, ਤੱਥ ਰੱਖੇ, ਉਹ ਕਹਿੰਦੇ ਵੀ ਸਾਨੂੰ ਇਹਨਾਂ ਬਾਰੇ ਜਾਣਕਾਰੀ ਨਹੀਂ। ਉਹਨਾਂ ਦੀਆਂ ਕਾਪੀਆਂ ਪ੍ਰੋਵਾਈਡ ਕਰਵਾ ਦਿੱਤੀਆਂ ਗਈਆਂ ਸਰਕਾਰ ਨੂੰ ਕਿ ਆਹ ਲਓ, ਆਹ ਨੂੰ ਤੁਸੀਂ ਸਟੱਡੀ ਕਰ ਲਓ, ਤੁਸੀਂ 2018 ਦੇ ਵਿੱਚ ਆ ਸਾਡੇ ਨਾਲ ਕਮਿਟਮੈਂਟ ਕੀਤੀ ਹੈ
ਕਿ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਅਨੁਸਾਰ C2+50 ਅਨੁਸਾਰ ਫਸਲ ਦਾ ਭਾਅ ਦੇਵਾਂਗੇ। ਮਾਣਯੋਗ ਪ੍ਰਧਾਨ ਮੰਤਰੀ ਜੀ, ਜਿਸ ਵੇਲੇ ਕੰਜ਼ੂਮਰ ਅਫੇਅਰ ਕਮੇਟੀ ਦੇ ਚੇਅਰਮੈਨ ਨੇ 2011-12 'ਚ, ਉਦੋਂ ਖੁਦ ਦੀ ਰਿਪੋਰਟ ਆਏ ਡਾਕਟਰ ਇਹਨਾਂ ਦੀ ਨਰਿੰਦਰ ਮੋਦੀ ਜੀ ਦੀ ਆਪਦੇ ਹੱਥਾਂ ਦੀ ਤਿਆਰ ਕੀਤੀ ਵੀ ਡਾਕਟਰ ਮਨਮੋਹਨ ਸਿੰਘ ਦੇ ਟੇਬਲ 'ਤੇ ਉਹਨਾਂ ਨੂੰ ਟੇਬਲ ਕੀਤਾ ਗਿਆ ਉਸ ਰਿਪੋਰਟ ਨੂੰ। ਉਹਦੇ 'ਚ ਕਿਹਾ ਕਿ ਕਿਸਾਨ ਨੂੰ MSP ਦੀ ਗਰੰਟੀ ਦਾ ਕਾਨੂੰਨ ਦੇਣ ਦੀ ਲੋੜ ਹੈ, MSP ਦੇ ਉੱਤੇ ਖਰੀਦ ਹੋਵੇ ਇਹਦੀ ਨੀਤੀ ਲਿਆਉਣ ਦੀ ਲੋੜ ਹੈ। ਉਹਨਾਂ ਦੀ ਆਪਦੇ ਹੱਥ ਦੀ ਰਿਪੋਰਟ ਹੈ, ਉਹਦੇ ਵਾਸਤੇ ਹੁਣ ਜੇ ਕਹੀਏ ਵੀ ਕਮੇਟੀ ਬਣਾਉਣ ਦੀ ਲੋੜ ਹੈ, ਮੈਨੂੰ ਨਹੀਂ ਲੱਗਦਾ। ਉਹ ਇੱਕ ਕਮੇਟੀ ਨੇ ਰਿਪੋਰਟ ਦਿੱਤੀ ਹੋਈ ਹੈ ਵੀ ਇਹਦੀ ਲੋੜ ਹੈ, ਉਹ ਜਿਹੜੇ ਢੰਗ ਨਾਲ ਉਹਨਾਂ ਨੇ ਪ੍ਰਪੋਜ਼ ਕੀਤਾ ਹੈ ਉਸ ਢੰਗ ਨਾਲ ਲਾਗੂ ਕਰ ਦੇਣਾ ਚਾਹੀਦਾ। ਅਤੇ ਅੱਜ ਕਿੰਨੇ ਕੁ ਜਥੇਬੰਦੀਆਂ ਇੱਥੇ ਪਹੁੰਚਣਗੀ, ਮੀਟਿੰਗ ਕਿੰਨੇ ਕੁ ਵਜੇ ਸ਼ੁਰੂ ਹੋਊਗੀ? ਦੇਖੋ, ਮੀਟਿੰਗ ਸਾਡੀ 5 ਵਜੇ ਸ਼ੁਰੂ ਹੋਣੀ ਹੈ। ਅਸੀਂ ਪੂਰੇ ਭਾਰਤ ਦੀਆਂ ਜਥੇਬੰਦੀਆਂ ਨੇ, ਮੱਧ ਪ੍ਰਦੇਸ਼ ਤੋਂ ਬੈਠੇ ਨੇ, ਕੇਰਲਾ ਤੋਂ ਬੈਠੇ ਨੇ, ਹਰਿਆਣਾ, ਉੜੀਸਾ, ਇੱਧਰ ਤਾਮਿਲਨਾਡੂ ਤੋਂ ਬੈਠੇ ਨੇ, ਇੱਧਰ UP ਤੋਂ ਬੈਠੇ ਨੇ, ਸਾਡਾ ਰਾਜਸਥਾਨ ਬੈਠਾ ਹੈ, ਫਿਰ ਹਰਿਆਣਾ ਬੈਠਾ, ਫਿਰ ਰਾਜਸਥਾਨ ਕਰੋ ਕਿ ਹਰਿਆਣਾ ਦੇ ਪ੍ਰਸ਼ਾਸਨ ਨੇ ਬਹੁਤ ਸਖਤ ਤਰੀਕੇ ਨਾਲ ਬੈਰੀਕੇਡ ਕੀਤੀ ਹੋਈ ਹੈ। ਸਾਰੀਆਂ ਹੀ ਸਟੇਟਾਂ ਦੇ ਲੋਕ ਬੈਠੇ ਨੇ, ਥੋੜੇ ਚਿਰ ਦੇ ਵਿੱਚ ਕਰਨਾਟਕਾ ਵੀ ਜੀ ਸਾਡੇ ਵਿੱਚ ਸ਼ਾਮਿਲ ਹੋਣ ਵਾਲਾ। ਬੈਰੀਕੇਟਿੰਗ ਦੀ ਜੇਕਰ ਅਸੀਂ ਗੱਲ ਕਰੀਏ, ਬੈਰੀਕੇਟਿੰਗ ਇਸ ਵਾਰੀ ਬਹੁਤ ਹੀ ਜ਼ਿਆਦਾ ਜੋ ਹੈ ਤਕੜੀ ਲਗਾਈ ਗਈ ਹੈ ਕਿ ਜੋ ਕਿਸਾਨ ਨੇ ਉਹ ਕੂਚ ਨਾ ਕਰ ਸਕਣ ਦਿੱਲੀ ਦੇ ਵੱਲ। ਉਹਦੇ ਉੱਪਰ ਤੁਸੀਂ ਕੀ ਕੁਝ ਕਹਿਣਾ ਚਾਹੋਗੇ, ਕਿਉਂਕਿ ਬੈਰੀਕੇਟਿੰਗ ਦਾ ਇਸ ਬਾਰੇ ਮਸਲਾ ਜੋ ਹੈ ਬਹੁਤ ਜ਼ਿਆਦਾ ਚੱਕਿਆ ਜਾ ਰਿਹਾ। ਦੇਖੋ, ਸਰਕਾਰ ਦੀ ਨੀਅਤ ਸਾਫ਼ ਨਹੀਂ। ਸਰਕਾਰ ਨੇ ਲੋਕਾਂ ਨਾਲ ਵਾਅਦੇ ਕਰ ਲਏ, ਅੰਦੋਲਨਾਂ ਦੇ ਦੌਰਾਨ ਕਰ ਲਏ ਜਾਂ ਚੋਣਾਂ ਦੇ ਦੌਰਾਨ ਕਰ ਲਏ। ਸਰਕਾਰ ਚਾਹੁੰਦੀ ਹੈ ਕਿ ਉਹਨਾਂ ਨੂੰ ਅਸੀਂ ਟਾਲ ਮਟੋਲ ਦੀ ਨੀਤੀ ਨਾਲ ਨਿਗਾ ਦਈਏ, ਤਾਂ ਇਹ ਪੋਸੀਬਿਲਿਟੀ ਨਹੀਂ ਹੈ ਜੀ। ਇਹ ਬੈਰੀਕੇਟਿੰਗ ਨੀਤੀ ਨੂੰ ਸਪਸ਼ਟ ਕਰਦੇ ਆ, ਨਹੀਂ ਤਾਂ ਲੋਕਾਂ ਦੀਆਂ ਮੰਨੀਆਂ ਜਾ ਚੁੱਕੀਆਂ ਮੰਗਾਂ ਨੇ, ਸਰਕਾਰ ਨੂੰ ਇਮਾਨਦਾਰੀ ਨਾਲ ਲਾਗੂ ਕਰ ਦੇਣਾ ਚਾਹੀਦਾ। ਸਰਕਾਰ ਇਹਦੇ ਤੋਂ ਸਿੱਧ ਹੁੰਦਾ ਹੈ ਕਿ ਸਰਕਾਰ ਇਹਦੇ ਤੋਂ ਭੱਜਣਾ ਚਾਹੁੰਦੀ ਹੈ, ਔਰ ਇਹਨੂੰ ਪਤਾ ਕਿ ਜਦੋਂ ਅਸੀਂ ਇਹਦੇ ਤੋਂ ਕਿਨਾਰਾ ਕੀਤਾ, ਅਸੀਂ ਇਹਨਾਂ ਤੋਂ ਨਾ ਹੋਣੀ ਹੈ, ਮੀਟਿੰਗ ਟੁੱਟਣੀ ਹੈ, ਗੱਲਬਾਤ ਟੁੱਟਣੀ ਹੈ, ਉਸ ਤੋਂ ਬਾਅਦ ਲੋਕ ਮੂਵ ਕਰਨਗੇ ਦਿੱਲੀ ਵੱਲ ਨੂੰ, ਔਰ ਉਹਦੇ ਵਾਸਤੇ ਆਲਰੇਡੀ ਇਹਨਾਂ ਨੇ ਉਹ ਸਾਰਾ ਕੁਝ ਕਰਕੇ ਰੱਖਿਆ ਹੈ। ਇਲੈਕਸ਼ਨ ਦਾ ਟਾਈਮ ਵੀ ਨੇੜੇ ਤੇੜੇ। ਅੱਛਾ, ਇਸ ਦੇ ਨਾਲ ਪਪੀ ਇੱਕ ਹੋਰ ਇਹਨਾਂ ਨੂੰ ਸਵਾਲ ਕਰੋ ਕਿ ਪਿਛਲੀ ਵਾਰੀ ਜਦੋਂ ਅੰਦੋਲਨ ਚੱਲਿਆ ਸੀ ਤਾਂ ਜਿੱਥੇ ਇਹਨਾਂ ਨੂੰ ਰੋਕਿਆ ਗਿਆ ਉੱਥੇ ਇਹ ਬੈਠ ਗਏ, ਸਿੰਘ ਬਾਰਡਰ ਦੀ ਜੇ ਮੈਂ ਗੱਲ ਕਰਾਂ, ਤਾਂ ਇਸ ਵਾਰ ਜੇਕਰ ਇਹਨਾਂ ਨੂੰ ਜਿੱਥੇ ਰੋਕਿਆ ਜਾਏਗਾ ਕਿ ਉੱਥੇ ਇਹ ਪ੍ਰਦਰਸ਼ਨ ਕਰਨਗੇ ਜਾਂ ਫਿਰ ਬੈਰੀਕੇਡ ਤੋੜ ਕੇ ਅੱਗੇ ਪਹੁੰਚਣਗੇ? ਮੰਗੇ ਤਾਂ ਹੁਣ ਤੱਕ ਲੈ ਕੇ ਆਉਂਦਾ ਇੱਥੋਂ ਤੱਕ। ਅਸੀਂ 2 ਸਾਲ ਦਾ ਟਾਈਮ ਦਿੱਤਾ, ਵੱਖ ਵੱਖ ਟਾਈਮ ਸਮਿਆਂ ਦੇ ਉੱਤੇ ਅਸੀਂ ਮੰਗ ਪੱਤਰ ਦਿੱਤੇ ਸਰਕਾਰ ਨੂੰ, ਸਾਡੇ ਮੰਗ ਪੱਤਰ ਗਏ, ਅਸੀਂ ਡਿਪਟੀ ਕਮਿਸ਼ਨਰਾਂ ਦੇ ਥਰੂ ਦਿੱਤਾ, ਅਸੀਂ ਗਵਰਨਰ ਸਾਹਿਬ ਦੇ ਥਰੂ ਦਿੱਤਾ, ਅਸੀਂ ਰਾਸ਼ਟਰਪਤੀ ਦੇ ਥਰੂ ਦਿੱਤਾ, ਔਰ ਇਹ ਜਿਹੜੇ ਮੰਗ ਪੱਤਰ ਸਾਡੇ ਗਏ ਉਹ ਮੰਗ ਪੱਤਰ ਸੇਜਣ ਦਾ ਸਾਡਾ ਮਤਲਬ ਕੀ ਸੀਗਾ ਕਿ ਭਾਈ ਸਾਡੀਆਂ ਮੰਗਾਂ ਨੂੰ ਲਾਗੂ ਕਰੋ। ਹੁਣ ਤਾਂ ਸਾਨੂੰ ਚੋਣਾਂ ਦੇ ਸਮੇਂ ਦੇ ਉੱਤੇ ਜਿਹੜੀ ਉਹ ਕਹਿ ਰਹੇ ਨੇ ਨਾ, ਉਹ ਗਲਤ ਗੱਲ ਹੈ। ਅੱਜ ਸਾਡੇ ਕੋਲ ਸਮਾਂ ਹੀ ਨਹੀਂ ਬਚਿਆ, ਹੋਰ ਅਸੀਂ ਹੋਰ ਕਿੰਨਾ ਕੁ ਡਿਲੇ ਕਰ ਲਾਂਗੇ? ਸਾਡੇ ਕੋਲ ਹੋਰ ਡਿਲੇ ਕਰਨ ਦਾ ਹੁਣ ਸਮਾਂ ਨਹੀਂ ਬਚਿਆ। ਅਖੀਰ ਸਾਡੇ ਜਿਵੇਂ ਇੱਕ ਪਿੱਛੇ ਹਟਦਿਆਂ ਹਟਦਿਆਂ ਕਿਸੇ ਦੇ ਮਗਰ ਕੰਧ ਆ ਜੇ, ਫਿਰ ਕੰਧ ਤੋਂ ਪਿੱਛੇ ਨਹੀਂ ਹਟਦਾ। ਜਿੱਦਾਂ ਅਗਰ ਅਸੀਂ ਗੱਲ ਕਰੀਏ, ਪਿਛਲੇ ਵਾਰੀ ਵੀ ਤੁਸੀਂ ਇੱਕ ਜਗ੍ਹਾ ਰੁਕ ਗਏ ਸੀ, ਸ਼ੰਭੂ ਬਾਰਡਰ ਤੇ ਰੁਕ ਗਏ ਸੀ, ਕਿਉਂਕਿ ਉੱਥੇ ਰੋਕ ਦਿੱਤਾ ਗਿਆ ਸੀ। ਇਸ ਵਾਰੀ ਅਗਰ ਸਰਕਾਰ ਦੇ ਵੱਲੋਂ ਤੁਹਾਨੂੰ ਕਿਤੇ ਕਿਸੇ ਪੁਆਇੰਟ ਤੇ ਰੋਕਣ ਦੀ ਕੋਸ਼ਿਸ਼ ਕੀਤੀ ਜਾਊਗੀ ਕਿ ਤੁਸੀਂ ਉੱਥੇ ਹੀ ਖੜ ਕੇ ਮੋਰਚਾ ਲਾਓਗੇ ਜਾਂ ਫਿਰ ਦਿੱਲੀ ਵਾਰ ਕੂਚ ਹੋ ਕੇ ਹੀ ਰਹੇਗੀ? ਸਰ ਨਹੀਂ, ਇਹ ਤਾਂ ਸਰਕਾਰ ਮੌਕਾ ਦੱਸੇਗਾ, ਹਾਲਾਤ ਦੱਸਣਗੇ ਕਿਹੋ ਜਿਹੇ ਢੰਗ ਨਾਲ ਸਾਰੇ ਸਾਥੀਆਂ ਨੇ ਵਿਚਾਰ ਚਰਚਾ ਕਰਨੀ ਹੁੰਦੀ ਆ। ਬੈਠੇ ਨਾ ਅਸੀਂ ਮੀਟਿੰਗ ਤੋਂ ਬਾਅਦ ਫਿਰ ਬੈਠਾਂਗੇ ਕਿ ਹੁਣ ਅੱਗੇ ਕੀ ਕਰਨਾ ਚਾਹੀਦਾ, ਇਹ ਉਹਦੇ 'ਚੋਂ ਨਿਕਲੇਗੀ ਗੱਲ। ਸਵਾਲ ਇਹ ਹੈ ਕਿ ਸਰਕਾਰ ਦੀ ਪੋਜ਼ਿਟਿਵਿਟੀ ਕਿੰਨੀ ਹੈ? ਸਾਨੂੰ ਮੇਰੇ ਨਾਲ ਕੱਲ੍ਹ ਤੋਂ ਲੈ ਕੇ 3 ਵਾਰੀ BJP ਦੇ ਪ੍ਰਵਕਤਾ ਡਿਬੇਟ 'ਚ ਇਕੱਠੇ ਹੋਏ ਨੇ, ਔਰ ਹਰ ਪ੍ਰਵਕਤਾ ਕਹਿੰਦਾ ਪੋਜ਼ਿਟਿਵਿਟੀ ਬਣਾ ਕੇ ਰੱਖੋ, ਪ੍ਰਧਾਨ ਜੀ ਪੋਜ਼ਿਟਿਵ ਰਹੋ। ਹੁਣ ਅਸੀਂ ਇੱਦੋਂ ਵੱਧ ਪੋਜ਼ਿਟਿਵ ਕੀ ਹੋਵਾਂਗੇ? ਅਸੀਂ ਤਾਂ ਅਜੇ ਘਰਾਂ ਤੋਂ ਨਹੀਂ ਨਿਕਲੇ, ਇਹਨਾਂ ਨੇ 3 ਦਿਨ ਤੋਂ ਮਤਲਬ ਸੜਕਾਂ ਬੰਦ ਕਰ ਰੱਖੀਆਂ ਨੇ, ਲੋਕ ਦੁਖੀ ਕੀਤੇ ਹੋਏ ਨੇ,
ਹਰਿਆਣੇ ਦੇ ਵਿੱਚ ਲੋਕਾਂ ਨੂੰ ਡਰਾਇਆ ਅਤੇ ਧਮਕਾਇਆ ਜਾ ਰਿਹਾ। ਮੱਧ ਪ੍ਰਦੇਸ਼ ਤੋਂ ਆਉਣ ਵਾਲੇ ਲੋਕਾਂ ਨੇ 90 ਦੇ ਕਰੀਬ ਆਗੂ ਫੜ ਕੇ ਅੰਦਰ ਕਰਤੇ। ਉੜੀਸਾ ਤੋਂ ਨੌਜਵਾਨ ਆਉਣ ਲੱਗੇ, ਉੜੀਸਾ ਵਾਲਿਆਂ ਨੂੰ 200 ਬੰਦਿਆਂ ਨੂੰ ਫੜ ਕੇ ਅੰਦਰ ਕਰਤਾ। ਸਾਡੇ ਕਰਨਾਟਕਾ ਤੋਂ ਬੀਬੀਆਂ ਆ ਰਹੀਆਂ ਨੇ, ਉਹਨਾਂ ਵਿਚਾਰੀਆਂ ਨੂੰ ਇੱਥੋਂ ਤੱਕ ਨਹੀਂ ਆਉਣ ਦਿੱਤਾ, ਉਹਨਾਂ ਨੂੰ ਵੀ ਮੱਧ ਪ੍ਰਦੇਸ਼ ਦੇ ਵਿੱਚ ਹੀ ਭੋਪਾਲ ਦੇ ਵਿੱਚ ਟ੍ਰੇਨ ਤੋਂ ਉਤਾਰ ਕੇ ਡਿਟੇਨ ਕਰ ਲਿਆ ਗਿਆ। ਹੁਣ ਜੇ ਇਹ ਕੁਛ ਹੈ ਤਾਂ ਫਿਰ ਇਹ ਪੋਜ਼ਿਟਿਵਿਟੀ ਸਾਨੂੰ ਕਹਿ ਰਹੇ ਨੇ ਕਿ ਤੁਸੀਂ ਪੋਜ਼ਿਟਿਵ ਰਹੋ, ਸਰਕਾਰ ਦੀ ਪੋਜ਼ਿਟਿਵਿਟੀ ਕਿੱਥੇ ਨਜ਼ਰ ਆ ਰਹੀ ਹੈ? ਸਰਕਾਰ ਪੋਜ਼ਿਟਿਵ ਹੋਵੇ ਤਾਂ ਅਸੀਂ ਵੀ ਪੋਜ਼ਿਟਿਵ ਹਾਂ, ਨਹੀਂ ਤਾਂ ਇਹਦਾ ਮਤਲਬ ਸਰਕਾਰ ਆਪ ਤਾਂ ਲੋਕਾਂ ਨੂੰ ਕੁੱਟ ਕੇ ਦਬਾ ਕੇ ਰੱਖਣਾ ਚਾਹੇ ਤਾਂ ਲੋਕ ਮਤਲਬ ਫਿਰ ਜੇ ਲੋਕਾਂ ਨੂੰ ਕਹੇ ਕਿ ਤੁਸੀਂ ਸ਼ਾਂਤ ਰਹੋ ਤਾਂ ਇਹ ਪੋਸੀਬਲ ਨਹੀਂ। ਅੱਜ ਦੀ ਮੀਟਿੰਗ ਤੋਂ ਕਿੰਨੀ ਕੁ ਉਮੀਦਾਂ ਨੇ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਅੱਜ ਜੋ ਮੀਟਿੰਗ ਹੋਊਗੀ ਉਹ ਕਿਤੇ ਨਾ ਕਿਤੇ ਕਿਸਾਨ ਅੰਦੋਲਨ ਨੂੰ ਵਾਪਸ ਲੈਣ ਦੀ ਪੂਰੀ ਕੋਸ਼ਿਸ਼ ਕੀਤੀ ਜਾਊਗੀ ਸੈਂਟਰ ਦੇ ਵੱਲੋਂ, ਜਾਂ ਤੁਹਾਡੇ ਵੱਲੋਂ ਵੀ ਇਹੀ ਹੋਊਗਾ ਕਿ ਸਾਡੀ ਜੋ ਮੰਗਾਂ ਨੇ ਉਹਨਾਂ ਨੂੰ ਕਿਸੇ ਹੱਦ ਤੱਕ ਮੰਨ ਦਿੱਤਾ ਜਾਵੇ ਤਾਂ ਕਿ ਜੋ ਕੂਚ ਤੁਸੀਂ ਦਿੱਲੀ ਵੱਲ ਕਹੀ ਹੋਈ ਹੈ ਕਰਨ ਦੇ ਲਈ ਉਹ ਰੋਕੀ ਜਾ ਸਕੇ? ਦੇਖੋ ਸਾਡੀ, ਅਸੀਂ ਕਦੇ ਵੀ ਨੈਗੇਟਿਵ ਨਹੀਂ ਹੁੰਦੇ, ਅਸੀਂ ਇਸੇ ਉਮੀਦ ਨਾਲ ਸਰਕਾਰ ਨਾਲ ਬੈਠਦੇ ਹਾਂ ਕਿ ਸਰਕਾਰ ਸਾਡੀਆਂ ਮੰਗਾਂ ਮੰਨ ਲਏਗੀ। ਇਹ ਗੱਲ ਦਾ ਪਤਾ ਲੱਗਦਾ ਹੁੰਦਾ ਜਦੋਂ ਮੀਟਿੰਗ ਸ਼ੁਰੂ ਹੁੰਦੀ ਹੈ, ਮੀਟਿੰਗ ਦਾ ਰਿਜ਼ਲਟ ਕੀ ਨਿਕਲਦਾ ਉਹਦੇ 'ਚੋਂ ਪਤਾ ਲੱਗਦਾ ਹੁੰਦਾ ਕੀ ਰਿਜ਼ਲਟ ਆਏਗਾ, ਜਿਹੋ ਜਿਹਾ ਰਿਜ਼ਲਟ ਆਏਗਾ ਉਹਦੇ ਮੁਤਾਬਕ ਅਸੀਂ ਬਾਅਦ ਦੇ ਵਿੱਚ ਫਿਰ ਬੈਠਾਂਗੇ, ਬੈਠ ਕੇ ਮੀਟਿੰਗ ਕਰਾਂਗੇ ਆਪਸ ਵਿੱਚ, ਉਸ ਮੀਟਿੰਗ 'ਚੋਂ ਅੱਗੇ ਦਾ ਫੈਸਲਾ ਲਵਾਂਗੇ। ਬਹੁਤ ਬਹੁਤ ਸ਼ੁਕਰੀਆ।